ਆਪਦੀ ਥਾਂ ਅੱਜ ਮੈਂ ਹੱਸਿਆ ਹਨੇਰ ਪਵਨ ਓਏ ਤੂੰ ਮਾਫ ਵੀ ਮੰਗੇਗਾ ਤਾਂ। ਹਾਂਜੀ ਸੋਹਣਿਓ, ਅੱਜ ਸੋਹਣਿਓ ਤੁਹਾਡੇ ਲਈ ਬੜਾ ਵੱਡਾ ਅਸੀਂ ਜਾਣਕਾਰੀ ਵਾਲਾ ਵਾਕਿਆ ਲੈ ਕੇ ਆਏ ਹਾਂ 1985 ਦਾ, ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਅਦਾਕਾਰ ਅਤੇ ਸੁਪਰ ਸਟਾਰ ਅਤੇ ਨੰਬਰ 1 ਅਦਾਕਾਰ ਹੈ ਸੁਲਤਾਨ ਰਾਏ। ਇਹਦਾ ਤੁਸੀਂ ਤੁਹਾਨੂੰ ਅਸੀਂ ਵਾਕਿਆ ਦੱਸਾਂਗੇ ਕਿ ਫਿਲਮ ਇੰਡਸਟਰੀ ਦੇ ਵਿੱਚ ਕਿਹੜਾ ਐਸਾ ਵਾਕਿਆ ਹੋਇਆ ਕਿ ਜਿਹੜਾ ਤੁਸੀਂ ਸੁਣੋਗੇ ਨਾ ਤਾਂ ਤੁਸੀਂ ਵਾਕਿਆ ਆਖੋਗੇ ਕਿ ਵਾਕਿਆ ਯਾਰ ਲੋਕੰਡੇ ਖੜੇ ਹੋ ਗਏ ਨੇ। ਅਤੇ ਜੇ ਸੁਣਿਓ ਤੁਸੀਂ ਇਹ ਵਾਕਿਆ ਪੂਰਾ ਸੁਣਨਾ ਚਾਹੁੰਦੇ ਜੇ ਤਾਂ ਇਸ ਵੀਡੀਓ ਨੂੰ ਐਡ ਤਿਕਰਾਂ ਜ਼ਰੂਰ ਵੇਖੋ। ਅਤੇ ਜੇ ਸੁਣਿਓ ਤੁਸੀਂ ਇਹ ਪੰਜਾਬੀ ਟੇਸ਼ਨ 'ਤੇ ਨਵੇਂ ਆਏ ਜੀ ਤਾਂ ਇਸ ਚੈਨਲ ਨੂੰ ਵੀ ਮੁਹੱਬਤਾਂ ਦੇ ਨਾਲ ਸਬਸਕ੍ਰਾਈਬ ਕਰ ਦਿਓ। ਅਤੇ ਆਓ ਫਿਰ ਗੱਲ ਸ਼ੁਰੂ ਕਰੀਏ ਅਤੇ ਅਸੀਂ ਤੁਹਾਨੂੰ ਦੱਸੀਏ ਕਿ ਵਾਕਿਆ ਕੀ ਹੋਇਆ। ਇਹ ਸੁਣਿਓ ਪਾਕਿਸਤਾਨ ਦਾ ਤਾਂ ਸਭ ਤੋਂ ਵੱਡਾ ਅਦਾਕਾਰ ਸੀ ਨਾ, ਅਤੇ ਇਹ ਬੜਾ ਵੱਡਾ ਦਰਵੇਸ਼ ਇਨਸਾਨ ਸੀ, ਦਰਵੇਸ਼ ਇਨਸਾਨ ਸੀ ਕਿ ਇਹਨੇ ਹਰ ਬੰਦੇ ਦੇ ਨਾਲ ਖਲਾਕ ਪਿਆਰ ਨਾਲ ਅਤੇ ਹਰ ਬੰਦੇ ਨੂੰ ਤਬਲੀਗ ਕਰਨੀ ਕਿ ਯਾਰ ਨਮਾਜ਼ ਪੜ੍ਹਿਆ ਕਰੋ। ਫਿਲਮਾਂ ਦੇ ਵਿੱਚ ਤਾਂ ਉਹ ਹੈ ਹੀ ਸੀ, ਬਦਮਾਸ਼ੀ ਦੇ ਰੋਲ ਕਰਦਾ ਸੀ ਅਤੇ ਬਦਮਾਸ਼ ਕਿਹੜਾ ਸੀ, ਲੇਕਿਨ ਤੁਸੀਂ ਇਹਦੀ ਹਕੀਕਤ ਦੀ ਜ਼ਿੰਦਗੀ ਜਾਣੋ ਨਾ ਅਤੇ ਤੁਸੀਂ ਆਖੋ ਕਿ ਵਾਕਿਆ ਯਾਰ ਇਹ ਇੱਕ ਦਰਵੇਸ਼ ਇਨਸਾਨ ਸੀ। ਕਿ ਐਡਾ ਵੱਡਾ ਅਦਾਕਾਰ ਹੋ ਕੇ ਅਤੇ ਜਦੋਂ ਇਹਨੇ ਸਟੂਡੀਓ ਦੇ ਅੰਦਰ ਦਾਖਲ ਹੋਣਾ ਹੈ ਨਾ ਅਤੇ ਸਟੂਡੀਓ ਦੇ ਗੇਟ ਦੇ ਅੱਗੇ ਇਹਨੇ ਗੱਡੀ ਰੋਕ ਦੇਣੀ, ਗਾਰਡ ਆਉਣੇ ਨੇ, ਗਾਰਡਾਂ ਨਾਲ ਸਲਾਮ ਦੁਆ ਲੈਣੀ ਹੈ, ਉਹਨਾਂ ਦਾ ਹਾਲ, ਬੀਵੀ ਬੱਚਿਆਂ ਦਾ ਹਾਲ ਪੁੱਛਣਾ, ਘਰ ਸਭ ਖੈਰੀਅਤ, ਇੰਜ ਪੁੱਛ ਕੇ ਅਤੇ ਅੱਗੇ ਆਉਣਾ। ਇਹੋ ਜਿਹਾ ਦਰਵੇਸ਼ ਬੰਦਾ ਸੀ ਇਹ। ਅਤੇ ਹੁਣ ਅਸੀਂ ਆਓ ਉਸੇ ਵਾਕਿਆ 'ਤੇ ਚੱਲੀਏ ਕਿ ਉਹ ਕਿਹੜਾ ਵਾਕਿਆ ਹੋਇਆ। ਪਾਕਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਡਾਂਸਰ ਹੈ ਨਾ ਪੱਪੂ ਸਮਰਾਟ ਸਾਹਿਬ, ਅੰਜਮਨ ਦਾ ਉਸਤਾਦ, ਉਹਦੀ ਸ਼ੂਟਿੰਗ ਸੀ ਇਹਨਾਂ ਦੋਵਾਂ ਦੇ ਨਾਲ, ਸੁਲਤਾਨਰੀ ਨਾਲ ਅਤੇ ਅੰਜਮਨ ਦੇ ਨਾਲ, ਕਿਉਂਕਿ ਅੰਜਮਨ ਨੂੰ ਉਹਨੇ ਰਿਹਰਸਲ ਦੇਣੀ ਸੀ ਅਤੇ ਅੱਗੇ ਗਾਣਾ ਪਿਕਚਰਾਈਜ਼ ਹੋਣਾ ਸੀ। ਅਤੇ ਜਿਹੜੇ ਦਿਨ ਦੀ ਸ਼ੂਟਿੰਗ ਸੀ ਨਾ ਉਸੇ ਦਿਨ ਹੀ ਸਰਕਾਰ ਉਹਦੀ ਦੁਬਈ ਦੀ ਫਲੈਟ ਵੀ ਸੀ, ਉੱਥੇ ਜਾ ਕੇ ਵੀ ਉਹਨੇ ਸ਼ੂਟਿੰਗ ਦੇ ਰੋਲ ਕਰਵਾਉਣੇ ਸਨ। ਅਤੇ ਬੜਾ ਪਰੇਸ਼ਾਨ ਕਿ ਯਾਰ 1-2 ਵਜੇ ਇੱਥੇ ਸ਼ੂਟਿੰਗ ਖਤਮ ਹੋਣੀ ਹੈ ਅਤੇ ਮੇਰੀ 3 ਵਜੇ ਦੀ ਫਲੈਟ ਹੈ, ਅਤੇ ਜੇ ਮੈਂ ਇਹ ਸੁਲਤਾਨਰਾਏ ਦੀ ਗਾਣਾ ਪਿਕਚਰਾਈਜ਼ ਕਰਵਾਇਆ ਫਲੈਟ ਮਿਸ ਹੋ ਜਾਣੀ। ਕੀ ਕੀਤਾ ਉਹਨੇ ਕਿ ਡਰਦਾ ਡਰਦਾ ਨਾ ਸੁਲਤਾਨਰਾਏ ਸਾਹਿਬ ਕੋਲ ਚਲਾ ਗਿਆ, ਕਹਿਣ ਲੱਗਾ ਕਿ ਆਗਾ ਜੀ ਜੇ ਬੁਰਾ ਤੁਸੀਂ ਨਾ ਮਹਿਸੂਸ ਕਰੋ ਤਾਂ ਇੱਕ ਗੱਲ ਕਰਨਾ ਚਾਹਣਾ। ਉਹਨੇ ਕਿਹਾ ਪੁੱਤਰੀ ਭਾਵੇਂ 100 ਕਰ। ਉੱਥੇ ਕਹਿੰਦਾ ਕਿ ਆਗਾ ਜੀ ਮੇਰੀ ਕੱਲ੍ਹ ਨਾ 3 ਵਜੇ ਦੀ ਫਲੈਟ ਹੈ ਅਤੇ ਇਹ ਫਲਾਣੀ ਫਿਲਮ ਦੀ ਸ਼ੂਟਿੰਗ ਹੈ ਅਤੇ ਉਹ ਵੀ ਜਾ ਕੇ ਮੈਂ ਹੀ ਕਰਵਾਉਣੀ ਹੈ, ਅਤੇ ਮੇਰੀ 3 ਵਜੇ ਦੀ ਫਲੈਟ ਹੈ ਅਤੇ ਹੋ ਸਕੇ ਤਾਂ ਤੁਸੀਂ ਆਪਾਂ ਸੁਬਹਾ ਦੇ ਟਾਈਮ ਨਾ ਇਹ ਗਾਣਾ ਪਿਕਚਰਾਈਜ਼ ਕਰ ਲਈਏ। ਉਹਨੇ ਕਿਹਾ ਪੁੱਤਰੀ ਇਹ ਕਿਹੜੀ ਗੱਲ ਹੈ। ਉਹਨੇ ਕਿਹਾ ਠੀਕ ਹੈ ਆਪਾਂ ਇਸ ਗਾਣੇ ਦੀ ਸ਼ੂਟਿੰਗ ਸੁਬਹਾ 7 ਵਜੇ ਕਰ ਲੈਂਦੇ ਹਾਂ ਸ਼ੁਰੂ, ਕਿ ਜਿਹੜਾ 11-12 ਵਜੇ ਆਪਾਂ ਵਿਹਲੇ ਹੋਈਏ। ਉਹਨੇ ਆ ਠੀਕ ਹੈ ਜੀ ਆਗਾ ਜੀ ਬੜੀ ਮਿਹਰਬਾਨੀ ਹੋਵੇਗੀ। ਉਹ ਹੁਣ ਟਾਈਮ ਲੈ ਕੇ ਚਲਾ ਗਿਆ ਅਤੇ ਜਦੋਂ ਸੁਬਹਾ ਦਾ ਟਾਈਮ ਹੋਇਆ ਨਾ ਤਾਂ ਉਹਨੇ ਸੋਚਿਆ ਕਿ ਯਾਰ ਇਹ ਦੋਵੇਂ ਐਡੇ ਵੱਡੇ ਫਨਕਾਰ ਨੇ, ਇਹ ਸੁਬਹਾ 7 ਵਜੇ ਇਹਨਾਂ ਕਿੱਥੇ ਆਉਣਾ। ਇਹ ਨਾ 7:30 ਵਜੇ ਸਟੂਡੀਓ ਦਾ ਜਦੋਂ ਦਰਵਾਜ਼ਾ ਅੰਦਰ ਲੰਘੇ ਨੇ ਨਾ ਅਤੇ ਵੇਖਿਆ ਕਿ ਇੱਕ ਕਾਰ ਦੇ ਵਿੱਚ 7 ਵਜੇ ਜਾ ਕੇ ਨਾ ਸੁਲਤਾਨਰੀ ਕਾਰ ਦੇ ਵਿੱਚ ਹੀ ਆਪਦੀ ਬੈਠਾ ਹੈ, ਅਤੇ ਅਦਾਕਾਰ ਅੰਜਮਨ ਨੂੰ ਵੀ ਸੁਲਤਾਨਰੀ ਨੇ ਆਰਡਰ ਲਾਇਆ ਕਿ ਸੁਬਹਾ ਤੋਂ 7 ਵਜੇ ਇੱਥੇ ਹੋਣਾ, ਉਹ ਵੀ ਮੌਜੂਦ, ਅਤੇ ਆਪ ਕਿੰਨੇ ਵਜੇ ਜਾਣ ਡਿਆ 7:30 ਵਜੇ। ਜਾ ਕੇ ਵੇਖਿਆ ਕੀ ਹੈ ਕਿ ਆਗਾ ਸਾਹਿਬ ਹੋ ਰਹੀ, ਹਾਜੀ ਸਾਹਿਬ ਹੋ ਰਹੀ ਕਾਰ 'ਚ ਬੈਠੇ ਨੇ,
ਤੇ ਕੁਰਾਨੇ ਪਾਕ ਦੀ ਤਿਲਾਵਤ ਕਰ ਰਹੇ ਨੇ। ਇਹ ਜਿਹਾ ਦਰਵੇਸ਼ ਇਨਸਾਨ ਸੀ ਕਿ ਜਿਹਦੇ ਨਾਲ ਵਾਅਦਾ ਕਰ ਲੈਂਦਾ ਸੀ ਨਾ ਉਹ ਪੂਰਾ ਕਰਦਾ ਸੀ, ਅਤੇ ਹੁਣ ਦੇ ਅਦਾਕਾਰ ਕੀ ਕਰਦੇ ਨੇ ਆਪਣੇ ਸ਼ਾਨ ਸਾਹਿਬ, ਸ਼ੂਟਿੰਗ ਹੈ ਨਾ 11 ਵਜੇ ਅਤੇ ਸ਼ਾਨ ਸਾਹਿਬ ਨੇ ਆਪਦੀ ਮਰਜ਼ੀ ਨਾਲ ਆਉਣਾ 3-4 ਵਜੇ। ਪੂਰਾ ਸੈੱਟ ਲੱਗਾ ਹੈ, ਪ੍ਰੋਡਿਊਸਰ ਡਾਇਰੈਕਟਰ ਡੀਕਨ ਡੈ ਨੇ, ਉਹਨੇ ਆਪਦੀ ਸੋਹਣੇ ਮਰਜ਼ੀ ਨਾਲ ਹੀ ਆਉਣਾ। ਅਤੇ ਇਹ ਜਿਹਾ ਦਰਵੇਸ਼ ਬੰਦਾ ਸੀ ਕਿ ਇਹਨਾਂ ਜਿਹੜਾ ਕਿਸੇ ਨੂੰ ਟਾਈਮ ਦੇ ਦਿੰਦਾ ਸੀ ਨਾ ਉਸੇ ਟਾਈਮ 'ਤੇ ਠਾਹ ਵੱਜਦਾ ਸੀ, ਕਿ ਬਲਕਿ ਕਿ 5 ਮਿੰਟ ਪਹਿਲੇ ਹੀ ਜਾਂਦਾ ਸੀ। ਹੁਣ ਪੱਪੂ ਸਮਰਾਟ ਸਾਹਿਬ ਹੋਰੀ ਆਏ ਨੇ ਅਤੇ ਗਏ ਨੇ ਆਗਾ ਸਾਹਿਬ ਕੋਲ ਅਤੇ ਕਹਿੰਦੇ ਆਗਾ ਸਾਹਿਬ ਸੋਰੀ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ। ਉਹਨੇ ਕਿਹਾ ਕੋਈ ਗੱਲ ਨਹੀਂ ਪੁੱਤਰੀ, ਚਲੋ ਕੰਮ ਸ਼ੁਰੂ ਕਰੋ। ਲਓ ਜੀ, ਫਿਰ ਇਹ ਪੱਪੂ ਸਮਰਾਟ ਨੇ ਅੰਜਮਨ ਨੂੰ ਰਹਿਸਲ ਦਿੱਤੀ ਅਤੇ ਉਹ ਗਾਣਾ ਪਿਕਚਰਾਈਜ਼ ਹੋਇਆ ਅਤੇ 12 ਵਜੇ ਵਿਹਲੇ ਹੋਏ। ਜਿਸ ਟਾਈਮ 12 ਵਜੇ ਵਿਹਲੇ ਹੋਏ, ਵਿਹਲੇ ਹੋ ਕੇ ਅਤੇ 3 ਵਜੇ ਫਲੈਟ 'ਤੇ ਟਾਈਮ 'ਤੇ ਏਅਰਪੋਰਟ ਪਹੁੰਚੇ ਅਤੇ ਆਪਦੀ ਸ਼ੂਟਿੰਗ ਉਹ ਖਤਮ ਕੀਤੀ ਦੁਬਈ ਵਾਲੀ, ਅਤੇ ਵਾਪਸ ਆਏ ਅਤੇ ਆਣ ਕੇ ਸੁਲਤਾਨਰੀ ਦਾ ਸ਼ੁਕਰੀਆ ਅਦਾ ਕੀਤਾ। ਅਤੇ ਇਹ ਜੇ ਸੁਣਿਓ ਉਹ ਵਾਕਿਆ 1985 ਦਾ, ਕਿ ਇਹ ਜਿਹਾ ਦਰਵੇਸ਼ ਬੰਦਾ ਸੀ, ਇਹਨੇ ਕਦੀ ਕਿਸੇ ਦਾ ਦਿਲ ਨਹੀਂ ਸੀ ਤੋੜਿਆ, ਮੁਹੱਬਤਾਂ ਦੇ ਨਾਲ ਰਹਿੰਦਾ ਸੀ ਅਤੇ ਪਿਆਰ ਵਾਲਾ ਜੀ ਸੀ। ਅਤੇ ਸਿਆਣੇ ਕਹਿੰਦੇ ਨੇ ਜਦੋਂ ਜ਼ਿੰਦਗੀ ਦਾ ਟਾਈਮ ਪੂਰਾ ਹੋ ਜਾਏ ਤਾਂ ਇੱਕ ਬਹਾਨਾ ਹੀ ਬਣਦਾ। ਅਤੇ ਸੋਹਣਿਓ ਦੁਨੀਆ ਤੋਂ ਟੁਰ ਗਿਆ, ਲੇਕਿਨ ਹਾਲੇ ਤੱਕ ਵੀ ਹਰ ਬੰਦੇ ਦੇ ਦਿਲ 'ਚ ਆਉਂਦਾ ਪਿਆਰ, ਚਾਹਤ ਅਤੇ ਮੁਹੱਬਤ ਇਸੇ ਤਰ੍ਹਾਂ ਹੀ ਹੈ। ਅਤੇ ਸੁਲਤਾਨਰੀ ਦੀ ਹਾਲੇ ਵੀ ਜਿਹੜੀ ਫਿਲਮ ਲੱਗੀ ਹੋਵੇ ਨਾ, ਅਤੇ ਇੰਝ ਲੱਗਦਾ ਕਿ ਯਾਰ ਉਹ ਜਿਵੇਂ ਦੁਨੀਆ ਤੋਂ ਗਿਆ ਹੀ ਨਹੀਂ, ਕਿ ਉਹ ਹਾਲੇ ਵੀ ਜਿਹੜਾ ਹੈ ਨਾ ਮੌਜੂਦ ਹੈ। ਅਤੇ ਜਦੋਂ ਤੁਸੀਂ ਉਹਦੀਆਂ ਬੜਕਾਂ ਸੁਣਦੇ ਹੀ ਹੈ ਨਾ ਤਾਂ ਰੂਹ ਖੁਸ਼ ਹੋ ਜਾਂਦੀ। ਅਤੇ ਇਹ ਜੇ ਸਾਡੀ ਸੁਣਿਓ ਅੱਜ ਦੀ ਸਟੋਰੀ, ਅਤੇ ਜੇ ਤੁਸੀਂ ਮਜ਼ੀਦ ਇਹੋ ਜਿਹੀ ਸਟੋਰੀ ਵੇਖਣਾ ਚਾਹੁੰਦੇ ਜੇ ਤਾਂ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ 'ਚ ਆਪਦੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ, ਅਤੇ ਨਾਲੇ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਹੜੇ ਸ਼ਹਿਰ 'ਚੋਂ ਵੇਖ ਰਹੇ ਜੇ, ਅਤੇ ਮੁਹੱਬਤਾਂ ਦੇ ਨਾਲ ਆਪਦੇ ਪਸੰਦੀਦੇ ਅਦਾਕਾਰ ਦਾ ਥੱਲੇ ਨਾਂ ਵੀ ਕਮੈਂਟ ਕਰ ਦਿਆ ਕਰੋ। ਅਸੀਂ ਤੁਹਾਡੇ ਕਮੈਂਟ ਪੜ੍ਹਨੇ ਆ, ਤੁਹਾਡੇ ਕਮੈਂਟ ਸਿਰ ਮੱਥੇ 'ਤੇ ਰੱਖਣੇ ਆ, ਅਤੇ ਤੁਹਾਡੀ ਪੂਰੀ ਅਸੀਂ ਡਿਟੇਲ ਪੜ੍ਹੀ ਦੀਏ ਅਤੇ ਉਹਨਾਂ ਦਾ ਜਵਾਬ ਵੀ ਦਿੰਦੇ ਹਾਂ।